ਅੱਜ ਵਾਲੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਨ ਵਾਲੇ ਆ ਉਹ ਕਿਸਾਨ ਭਰਾ ਜਿਨ੍ਹਾਂ ਦੀ ਮੱਕਈ ਦੀ ਫਸਲ 30 ਤੋਂ 50 ਦਿਨ ਦੇ ਦੌਰਾਨ ਹੋ ਚੁੱਕੀ ਹੈ ਉਹਨਾਂ ਨੂੰ ਹੁਣ ਇਸ ਵਕਤ ਕਿਹੜੀ ਸ਼ੈ ਇਸਤਮਾਲ ਕਰਨੀ ਚਾਹੀਦੀ ਹੈ ਜਿੰਨਾ ਨਾਲ ਇੱਕ ਤਾਂ ਝਾੜ ਵਜ ਜਾਵੇ ਦੂਸਰਾ ਜਿਹੜੀ ਇਹ ਫਸਲ ਖਾਸ ਤੌਰ ਤੇ ਫਾਰ ਆਰਮੀ ਹਮੋਂ ਤੋਂ ਬਚੀ ਰਹੇ ਜਿਵੇਂ ਕਿ ਤੁਸੀਂ ਜਾਣਦੇ ਹੋ ਅਗਰ ਮੱਕਈ ਦੀ ਫਸਲ ਉੱਤੇ ਫਾਰ ਆਰਮੀ ਹਮੋਂ ਸੰਢੀ ਦਾ ਹਮਲਾ ਹੋ ਜਾਂਦਾ ਹੈ ਤੇ ਆਪਾਂ ਨੂੰ ਕੋਈ ਖਾਸ ਚੰਗੀ ਫਸਲ ਵੇਖਣ ਨੂੰ ਨਹੀਂ ਮਿਲਦੀ ਆਪਣੀ ਪੈਦਾਵਾਰ ਦੇ ਵਿੱਚੀ ਬਹੁਤ ਜ਼ਿਆਦਾ ਕਮੀ ਵੇਖਣ ਨੂੰ ਮਿਲ ਜਾਂਦੀ ਹੈ ਤੇ ਆਪਾਂ ਦਾ ਪਤਾ ਸੀ ਹਾਦ ਤੱਕ ਪੈਦਾਵਾਰ ਦਾ ਵੀ ਨੁਕਸਾਨ ਹੁੰਦਾ ਹੈ ਇਸ ਹਵ ਵੀਡੀਓ ਦੇ ਚੱਪਾ ਗੱਲਬਾਤ ਕਰਨ ਆ ਰਿਹਾ ਮਗਰ ਉਹ ਕਿਸਾਨ ਪਰਾਜ ਜਿਹੜੀ ਪਹਿਲੀ ਦਫਾ ਚੈਨਲ ਤੇ ਆਏ ਨੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਆਪਣੇ ਟਿਕਟੋਕ ਪੇਜ ਨੂੰ ਵੀ ਫੋਲੋ ਕਰੋ ਤੇ ਆਪਣੇ ਫੇਸਬੁਕ ਪੇਜ ਨੂੰ ਵੀ ਫੋਲੋ ਕਰੋ ਤਾਂ ਕਿ ਆਪਣੀਆਂ ਜਿੰਨੀਆਂ ਵੀ ਆਉਣ ਵਾਲੀਆਂ ਜ਼ਰਾਦ ਅੰਦਲ ਕਾ ਵੀਡੀਓ ਹੋਣ ਉਹ ਤੁਸੀਂ ਬਰਵਕਤ ਵੇਖ ਸਕੋ ਸਭ ਤੋਂ ਪਹਿਲੇ ਤਾਂ ਉਹ ਕਿਸਾਨ ਪਰਾਜ ਜਿਨ੍ਹਾਂ ਨੂੰ ਫਾਰ ਆਰਮੀ ਉਹਦਾ ਖਤਰਾ ਹੈ ਕਿ ਸਾਡੀ ਮਕਾਈ ਦੇ ਉੱਤੇ ਫਾਰ ਆਰਮੀ ਆ ਗਈ ਹੈ ਜਾਂ ਆਨ ਆਲੀ ਹੈ ਸਭ ਤੋਂ ਪਹਿਲੇ ਤਾਂ ਤੁਸੀਂ ਅਗਰ ਉਹਦਾ ਸਪਰੇਅ ਜਿਹੜੀ ਕੰਟਰੋਲ ਕਰ ਸਕਦੇ ਜੇ ਤੇ ਉਹਦਾ ਕੰਟਰੋਲ ਕਰੋ ਅਗਰ ਸਪਰੇਅ ਤੁਹਾਡੀ ਨਾਲੀਆਂ ਦੇ ਨਾਲ ਸਿੱਧਾ ਖੇਲ ਚ ਜਾ ਦੇ ਸਿੱਧਾ ਖ ਸਾਤੇ ਤੇ ਦਵਾਈ ਅਗਰ ਤੁਹਾਡੀ ਕੰਪਲ ਦੇ ਵਿੱਚ ਜਾਂਦੀ ਹੈ ਤੇ ਤੁਹਾਨੂੰ ਸਪਰੇਇ ਲਾਜ਼ਮਨ ਤੌਰ ਤੇ ਕਰਨੀ ਚਾਹੀਦੀ ਅਗਰ ਇਸ ਸਟੇਜ ਤੋਂ ਤੁਹਾਡੀ ਮੱਕਈ ਲੰਘ ਚੁੱਕੀ ਹੈ ਤੇ ਤੁਹਾਨੂੰ ਦਾਣੇਦਾਰ ਜਿਹੜੀ ਹੈ ਕਿਸੇ ਵੀ ਚੰਗੀ ਕੰਪਨੀ ਦੀ ਤੁਹਾਨੂੰ ਲਾਜ਼ਮਨ ਤੌਰ ਤੇ ਇਸਤੇਮਾਲ ਕਰਨੀ ਚਾਹੀਦੀ ਹੈ ਅਗਰ ਤੁਸੀਂ ਦਾਣੇਦਾਰ ਦਾ ਇਸਤੇਮਾਲ ਨਹੀਂ ਕਰਦੇ ਜਾਂ ਸਪਰੇਇ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਆਪਣੇ ਬੜੇ ਕਿਸਾਨ ਪੜਾ ਰਹੇ ਜਿਹੜੇ ਮੱਕਈ ਦੀ ਫਸਲ ਦੇ ਵਿੱਚ ਸਪਰੇਇ ਦਾ ਕਰ ਰਹੇ ਹੁੰਦੇ ਨੇ ਲੇਕਿਨ ਉਹਨਾਂ ਨੂੰ ਰਿਜ਼ਲਟ ਨਹੀਂ ਆ ਰਹੇ ਹੁੰਦੇ ਉਹਦੇ ਪਿੱਛੇ ਵਜ੍ਹਾ ਕੀ ਹੁੰਦੀ ਹੈ ਕਿ ਉਹ ਸਹੀ ਤਰੀਕੇ ਨਾਲ ਜਿਹੜਾ ਸਪਰੇਇ ਨਹੀਂ ਕਰਦੇ ਜਾਂ ਤਾਂ ਸਵੇਰ-ਸਵੇਰ ਸਪਰੇਇ ਕਰਦੇ ਪਾਉਂ ਕਿ ਨਾ ਕਰਦੇ ਪਏ ਹੁੰਦੇ ਨੇ ਕਿ ਸਾਰੀ ਸਪਰੇ ਜਿਹੜੀ ਉਹ ਪੱਤਿਆਂ ਦੇ ਉੱਤੇ ਹੀ ਰਹਿ ਜਾਂਦੀ ਹੈ ਕੰਪਲ ਦੇ ਵਿੱਚ ਨਹੀਂ ਜਾਂਦੀ ਜਿੰਨੀ ਦੇਰ ਤੱਕ ਤੁਹਾਡੀ ਸਪਰੇ ਜਾਂ ਦਾਲੇਦਾਰ ਕੰਪਲ ਦੇ ਵਿੱਚ ਨਹੀਂ ਜਾਏਗੀ ਤੁਸੀਂ ਸੁੰਡੀ ਦਾ ਕੰਟਰੋਲ ਕਦੀ ਵੀ ਨਹੀਂ ਕਰ ਸਕਦੇ ਇਹਦੇ ਉੱਤੇ ਅੱਗੇ ਇੱਕ ਮੁਕੰਮਲ ਤਫਸੀਲ ਦੇ ਨਾਲ ਵੀਡੀਓ ਆਪਾਂ ਬਣਾਈ ਹੋਈ ਹੈ ਜਿਹੜੀ ਜਾ ਤੁਸੀਂ ਵੇਖ ਸਕਦੇ ਹੋ ਥੱਲੇ ਡਿਸਕ੍ਰਿਪਸ਼ਨ ਬਾਕਸ ਚੋਂ ਦਾ ਲਿੰਕ ਜਿਹੜਾ ਤੁਹਾਨੂੰ ਵੇਖਣ ਨੂੰ ਮਿਲ ਜਾਏਗਾ ਇਸ ਤੋਂ ਬਾਅਦ ਗੱਲ ਕਰੀਏ ਖੁਰਾਕ ਦੇ ਹਵਾਲੇ ਨਾਲ 50 ਦਿਨ ਮੱਕਈ ਦੇ ਹੋਣ ਤੱਕ ਤੁਹਾਨੂੰ ਚਾਹੀਦਾ ਕਿ ਤੁਹਾਨੂੰ ਯੂਰੀਆ 90 ਤੋਂ 80% ਮੁਕੰਮਲ ਕਰ ਲੈਣੀ ਚਾਹੀਦੀ ਹੈ ਤਾਂ ਪੁਟਾ ਜਦੋਂ ਇਥੇ ਇੱਕ ਦਫਾ ਲਾਜ਼ਮਨ ਤੌਰ ਤੇ ਇਸਤੇਮਾਲ ਕਰ ਦੇਣਾ ਚਾਹੀਦਾ ਹੈ ਅਗਰ ਤੁਸੀਂ 130 140 ਮਾੰਦ ਦਾ ਟਾਰਗੇਟ ਰੱਖਿਆ ਹੋਇਆ ਹੈ ਅਗਰ ਤੁਸੀਂ ਆਂਦੇ ਹੋ ਕਿ ਚੱਲ ਯਾਰ ਖੈਰ ਹੈ ਜਿੰਨੀ ਪੈਦਾਵਾਰ ਆਜੇ ਦੀ ਉਨੀ ਸਹੀ ਤੇ ਤੁਸੀਂ ਆਪਣਾ ਜਿਹੜਾ ਫਰਟੀਲਾਈਜ਼ਰ ਜਿਹੜੀ ਉਹ ਘੱਟ ਪਾ ਸਕਦੇ ਜੇ ਲੇਕਿਨ ਸਹੀ ਮਤਵਾਜ਼ਨ ਖਰਾਕ ਪਾਓਗੇ ਤਾਂ ਤਦ ਜਾ ਕੇ ਤੁਸੀਂ ਇੱਕ ਮੱਕਈ ਦੀ ਇੱਕ ਚੰਗੀ ਪੈਦਾਵਾਰ ਹਾਸਲ ਕਰ ਸਕਦੇ ਜੇ ਮਤਵਾਜ਼ਨ ਖੁਰਾਕ ਵਿੱਚ ਤਮਾਮ ਖੁਰਾਕੀ ਈਜ਼ਾ ਆਂਦੇ ਨੇ ਜਿੰਦੇ ਵਿੱਚ ਸਲਫਰ ਯੂਰੀਆ ਫਾਸਫੋਰਸ ਪੋਟਾਸ਼ ਜ਼ਿੰਕ ਹਰ ਇੱਕ ਚੀਜ਼ ਮੌਜੂਦ ਹੈ ਅਗਰ ਇਹ ਸਾਰੇ ਖੁਰਾਕੀ ਈਜ਼ਾ ਸਹੀ ਤਰੀਕ ਕਾਰ ਦੇ ਨਾਲ ਸਹੀ ਟਾਈਮ ਦੇ ਉਤੇ ਨਹੀਂ ਪਾਓਗੇ ਤਾਂ ਕਦੀ ਵੀ ਤੁਸੀਂ ਚੰਗੀ ਪਾਦਾ ਹਾਸਲ ਨਹੀਂ ਕਰ ਸਕਦੇ ਕੁਝ ਖੁਰਾਕੀ ਜਹਾ ਐਸੇ ਹੁੰਦੇ ਨੇ ਜਿਹੜਾ ਪੌਦਾ ਜ਼ਮੀਨ ਦੇ ਵਿੱਚੋਂ ਖੁਦ ਬਾ ਖੁਦ ਜਜ਼ਬ ਕਰ ਲੈਂਦਾ ਲੇਕਿਨ ਕੁਝ ਖੁਰਾਕੀ ਜਹਾ ਐਸੇ ਹੁੰਦੇ ਨੇ ਜਿਹੜੇ ਆਪਾਂ ਨੂੰ ਖੁਦ ਦੇਨੇ ਪੈਂਦੇ ਨੇ ਤੇ ਉਹਨਾਂ ਖੁਰਾਕੀ ਜਹਾਵਾਂ ਦੇ ਵਿੱਚ ਅੱਜ ਕੱਲ ਜ਼ਿੰਕ ਵੀ ਹੈ ਸਲਫਰ ਵੀ ਹੈ ਇਹ ਦੋ ਖੁਰਾਕੀ ਜਹਾ ਤੁਸੀਂ ਲਾਜ਼ਮਤ ਤੌਰ ਤੇ ਇਸਤੇਮਾਲ ਕਰਨੇ ਨੇ ਹੋਰ ਜ਼ਿੰਕ ਜਿਹੜਾ ਉਹ ਵੀ ਬਹੁਤ ਜ਼ਿਆਦਾ ਪੌਦੇ ਵਾਸਤੇ ਜ਼ਰੂਰੀ ਹੁੰਦਾ ਹੈ ਤੇ ਸਲਫਰ ਵੀ ਬਹੁਤ ਜ਼ਿਆਦਾ ਪੌਦੇ ਵਾਸਤੇ ਜ਼ਰੂਰੀ ਹੁੰਦਾ ਹੈ ਕਿਉਂਕਿ ਅਗਰ ਇਹਨਾਂ ਖੁਰਾਕੀ ਜਹਾਵਾਂ ਦਾ ਸਹੀ ਤਰੀਕਾ ਨਾਲ ਇਸਤੇਮ ਜਾਵੇ ਕਿ ਤੁਸੀਂ ਕਦੀ ਵੀ ਚੰਗੀ ਪਰਿਵਾਰ ਜਿਹੜੀ ਇਹ ਉਹ ਮਕਈ ਤੋਂ ਹਾਸਲ ਨਹੀਂ ਕਰ ਸਕਦੇ ਇਥੇ ਦੂਸਰੀ ਗੱਲ ਦਾ ਤੁਸੀਂ ਇਹ ਵੀ ਖਿਆਲ ਰੱਖਣਾ ਹੈ ਕਿ ਤੁਹਾਡੀ ਮੱਕਈ ਦੀ ਫਸਲ ਦੇ ਵਿੱਚ ਸੋਕਾ ਨਾ ਆਵੇ। ਅਗਰ ਕੋਈ ਮਸਲਾ ਬਣ ਜਾਂਦਾ ਕੋਈ ਮਸਲੇ-ਮਸੈਲ ਆ ਜਾਂਦੇ ਨੇ ਮੱਕਈ ਦੀ ਫਸਲ ਦੇ ਵਿੱਚ ਜਿੱਥੇ ਸੋਕਾ ਦੇਣਾ ਲਾਜ਼ਮੀ ਉੱਥੇ ਤਾਂ ਠੀਕ ਹੈ। ਅਗਰ ਤੁਸੀਂ ਵੈਸੇ ਹੀ ਨਾਹਲੀ ਕਰ ਜਾਂਦੇ ਹੋ ਜਾਂ ਕਿਸੇ ਨਾ ਕਿਸੇ ਵਜ੍ਹਾ ਤੋਂ ਫਸਲ ਦੇ ਵਿੱਚ ਸੋਕਾ ਆ ਜਾਂਦਾ ਤੇ ਉਹ ਵੀ ਆਪਣੀ ਪਰਿਵਾਰ ਦੀ ਕਮੀ ਦੇ ਵਿੱਚ ਬਹੁਤ ਵੱਡਾ ਮਸਲਾ ਬਣਾ ਸਕਦਾ ਹੈ ਤੇ ਮੱਕਈ ਦੀ ਫਸਲ ਦੇ ਵਿੱਚ ਤੁਹਾਨੂੰ ਕਦੀ ਵੀ ਸੋਕਾ ਨਹੀਂ ਦੇਣਾ ਚਾਹੀਦਾ। ਹਮੇਸ਼ਾ ਤੁਸੀਂ ਮੌਸਮ ਤੇ ਆਪਣੇ ਦਰਜਾ ਰਾਤ ਨੂੰ ਵੇਖਦੇ ਹੋ ਆ ਜ਼ਮੀਨ ਦੀ ਨੁਇਅਤ ਨੂੰ ਸਮਝ ਆਇਆ ਤਾਂ ਤੁਸੀਂ ਪਾਣੀ ਜਿਹੜਾ ਲਾਦੇ ਰਹੋ ਕਿ ਜ਼ਮੀ ਦੇ ਵਿੱਚ 72 ਇਹਨਾ ਮੌਜੂਦ ਰਵੇ ਕਿ ਜਿੰਦੇ ਨਾਲ 10 ਤੋਂ 12 ਦਿਨ ਜਿਹੜੇ ਨੇ ਉਹ ਆਸਾਨੀ ਨਾਲ ਰੰਗ ਜਾਵਨ ਕਿ ਅਗਰ ਇੱਕ ਪਾਣੀ ਲਾਇਆ ਅਗਲੇ ਪਾਣੀ ਆਦੇ ਤੱਕ ਜ਼ਮੀਨ ਦੇ ਵਿੱਚ ਥੋੜਾ ਬੋਤਾ ਜਿਹੜਾ ਵਤਰ ਬਚ ਜਾਣਾ ਚਾਹੀਦਾ ਇਹ ਕੁਛ ਚੰਦ ਮੋਟੀਆਂ ਮੋਟੀਆਂ ਗੱਲਾਂ ਨੇ ਜਿੰਨਾ ਤੁਸੀਂ ਖਿਆਰ ਰੱਖਤੇ ਸਹੀ ਤਰੀਕੇ ਨਾਲ ਸਪਰੇਅ ਦੇਤੇ ਕਸੂੰਡੀ ਦਾ ਕੰਟਰੋਲ ਕਰਤੇ ਸਹੀ ਖਾਦਾਂ ਦਾ ਇਸਤੇਮਾਲ ਕਰਤੇ ਪਾਣੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਤੇ ਤੁਸੀਂ ਮੱਕਈ ਦੀ 50 ਦਿਨ ਹੋਣ ਤੱਕ ਇੱਕ ਚੰਗੀ ਜਿਹੜੀ ਬੁਨਿਆਦ ਹੁੰਦੀ ਰੱਖ ਸਕਦੇ ਹੋ ਇਸ ਤੋਂ ਬਾਅਦ ਜਿਵੇਂ ਪੋਲੀਨੇਸ਼ਨ ਤੇ ਆ ਜਾਵੇ ਉਹਦੇ ਉੱਤੇ ਤੁਸੀਂ ਦੁਬਾਰਾ ਇੱਕ ਫੇਰ ਸਪਰੇਅ ਕਰ ਦਿਓ ਤੇ ਪੋਟਾਸ਼ ਵਗੈਰਾ ਦਾ ਇਸਤੇਮਾਲ ਕਰੋ ਇਨਸ਼ਾਅੱਲਾ ਤੁਸੀਂ ਇੱਕ ਚੰਗੀ ਪੈਦਾਵਾਰ ਮੱਕਈ ਦੀ ਹਾਸਲ ਕਰ ਸਕਦੇ ਜੇ ਅਗਰ ਤੁਸੀਂ ਇਹਨਾਂ ਚੰਦ ਮੋਟੀਆਂ-ਮੋਟੀਆਂ ਗੱਲਾਂ ਦਾ ਖਿਆਲ ਰੱਖਦੇ ਜੇ ਤੇ ਤੁਸੀਂ ਯਕੀਨਨ ਇੱਕ ਅੱਛੀ ਪੈਦਾਵਾਰ ਮੱਕਈ ਦੀ ਹਾਸਲ ਕਰ ਸਕਦੇ ਜੇ ਉਮੀਦ ਹੈ ਨਾਲੇ ਜਿੰਨੇ ਵੀ ਤੁਹਾਡੇ ਸਵਾਲ ਨੇ ਉਹਨਾਂ ਦੇ ਜਵਾਬ ਆ ਤੁਹਾਨੂੰ ਇਸ ਵੀਡੀਓ ਤੋਂ ਮਿਲ ਚੁੱਕੇ ਹੋਣਗੇ ਅਗਰ ਫਿਰ ਵੀ ਤੁਹਾਡੇ ਕੋਈ ਸਵਾਲ ਹੋਵੇ ਤਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਜੇ ਇਨਸ਼ਾਅੱਲਾ ਉੱਥੇ ਤੁਹਾਨੂੰ ਉਹਦਾ ਜਵਾਬ ਬਹੁਤ ਜਲਦ ਦਿੱਤਾ ਜਾਏਗਾ